ਅਸਲਾਮ ਵਾਲੇਕੁਮ ਵੀਬਸ, ਕੀ ਹਾਲ ਚਾਲ? ਉਮੀਦ ਕਰਾਂ ਤੁਸੀਂ ਖੈਰੀਅਤ ਨਾਲ ਹੋਵੋਗੇ ਅਤੇ ਜਿੱਥੇ ਵੀ ਹੋਵੋਗੇ ਖੁਸ਼ ਹੋਵੋਗੇ। ਮੈਂ ਜੀ ਅਮਰੇ ਵਾਲਾ ਤੁਹਾਡਾ ਆਪਣੇ ਅੱਜ ਦੀ ਵੀਡੀਓ 'ਚ ਕਰਨਾ ਵੈਲਕਮ। ਅਤੇ ਅੱਜ 20 July 2024 ਅਤੇ ਦਿਨ ਹੈ ਸੈਟਰਡੇ, ਯਾਨੀ ਹਫ਼ਤੇ ਦਾ ਦਿਨ ਵੀ ਕੀ ਹੁਣ ਸ਼ਾਮ ਹੋ ਗਈ ਹੈ, 7 ਦਾ ਟਾਈਮ ਹੋ ਗਿਆ ਅਤੇ ਹੁਣ ਅੱਜ ਸ਼ਿਫਟ ਮੇਰੀ ਜਿਹੜੀ ਹੈ ਉਹ 7 ਵਜੇ ਸ਼ੁਰੂ ਹੋਣੀ ਹੈ, ਕਿਉਂਕਿ ਐਮਾਜ਼ੋਨ ਦਾ ਕੰਮ ਜਿਹੜਾ ਤੁਹਾਨੂੰ ਪਤਾ, ਅੱਗੇ ਵੀ ਦੱਸਿਆ ਕਿ ਇਹ ਸਰਪ੍ਰਾਈਜ਼ ਲੱਭਦੇ ਨੇ, ਇਹਦੇ ਵਿੱਚ ਕੋਈ ਟਾਈਮ ਨਹੀਂ ਇਹਦਾ ਸਟਾਰਟ ਹੋਣ ਦਾ, ਕੋਈ ਟਾਈਮ ਇਹਦਾ ਫਿਨਿਸ਼ ਹੋਣ ਦਾ। ਅਤੇ ਨੋਰਮਲੀ ਮੈਂ 10 ਲੈ ਕੇ 12 ਵਜੇ ਦੀ ਕਿਸੇ ਵੀ ਟਾਈਮ ਜਿਹੜਾ ਉਹ ਕੰਮ ਸ਼ੁਰੂ ਕਰਨਾ, ਲੇਕਿਨ ਅੱਜ ਜਿਹੜਾ ਉਹਨਾਂ ਆਖੇਗਾ ਜੋਬ ਜਿਹੜੀ ਸ਼ੁਰੂ ਹੋਣੀ ਹੈ 7 ਵਜੇ। 7 ਵਜੇ ਯਾਨੀ ਮੈਂ ਯਾਰਡ ਵਿੱਚ ਪਹੁੰਚ ਗਿਆ ਅਤੇ 8 ਵਜੇ ਜਾ ਕੇ ਟ੍ਰੇਲਰ ਚੁੱਕਣਾ BH-1-7 ਦੀ, ਉਹ ਲੈ ਕੇ ਜਾਣਾ ਅਸੀਂ ਬ੍ਰਿਸਟਲ, ਬ੍ਰਿਸਟਲ ਤੋਂ ਵਾਪਸ ਆਉਣਾ ਨੌਰਥਹੈਂਪਟਨ, ਨੌਰਥਹੈਂਪਟਨ ਤੋਂ ਫਿਰ ਅਸੀਂ ਵਾਪਸ ਆਉਣਾ BH-1-7 ਹਿੰਕਲੀ, ਜਿੱਥੋਂ ਅਸੀਂ ਹੁਣ ਜਾ ਕੇ ਟ੍ਰੇਲਰ ਚੁੱਕਣਾ। ਇਹ ਅੱਜ ਦੀ ਜੋਬ ਹੈ ਅਤੇ ਅੱਜ ਡਰਾਪ ਥੋੜ੍ਹੇ ਨੇ, 2 ਡਰਾਪ ਨੇ, ਇੱਕ ਜਾਣਾ ਬ੍ਰਿਸਟਲ ਵਿੱਚ, ਦੂਜਾ ਡਰਾਪ ਜਿਹੜਾ ਉਹ ਨੌਰਥਹੈਂਪਟਨ, ਅਤੇ ਤੀਜਾ ਜਿੱਥੇ ਖਾਲੀ ਟ੍ਰੇਲਰ ਲੈ ਕੇ ਆਉਂਦੇ ਹਾਂ। ਅਤੇ ਚਲੋ ਸ਼ੁਰੂ ਕਰਨੇ ਹਾਂ ਅੱਜ ਦੀ ਵੀਡੀਓ। ਸਭ ਤੋਂ ਪਹਿਲੇ ਅੱਲਾ ਦਾ ਨਾਂ ਲੈ ਕੇ ਪਾਉਂਦੇ ਹਾਂ ਇਹਦੇ ਕਾਰਡ। ਅਤੇ ਅੱਜ ਟਰੱਕ ਜਿਹੜਾ ਉਹ ਸਾਡੇ ਕੋਲ ਐਸ ਯੂਜ ਹੋ ਜਿਹੜਾ ਮਰਸਡੀਜ਼ ਦਾ, ਅਤੇ ਇਹਦਾ ਅਸੀਂ ਪਹਿਲੇ ਕਰਨੇ ਹਾਂ ਪਾਣੀ ਛਾਣੀ ਚੈੱਕ, ਕਿੱਥੋਂ ਇਹਦਾ ਖੁੱਲ੍ਹਣਾ ਹੁੱਡ। ਇੱਥੇ ਦਾ ਕੂਲੈਂਟ ਹੁੰਦਾ, ਇਹਦਾ ਵੈਪਰਾਂ ਦਾ ਪਾਣੀ ਆ। ਅਤੇ ਸਟਾਰਟ ਕਰਨ ਤੋਂ ਪਹਿਲੇ ਜਿਹੜਾ ਹਮੇਸ਼ਾ ਇਹਦਾ ਕੂਲੈਂਟ ਲੈਵਲ ਜਿਹੜਾ ਚੈੱਕ ਕਰੀਦਾ ਕਿ ਇਹਦੇ ਪਾਣੀ ਹੈ ਵੀ ਹੈ ਕਿ ਨਹੀਂ, ਕਿਉਂਕਿ ਮੈਂ ਹੀ ਚਲਾਉਂਦਾ, 2 ਜਿਹੜੇ ਮੈਂ ਛੁੱਟੀ ਦਿਆਂ ਅਤੇ ਖਲੋਤੇ ਆ, ਅਤੇ ਹੁਣ ਇਹਨੂੰ ਮਾਰਨੇ ਆ ਸਲਫ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਬਾਅਦ ਜਿਹੜਾ ਡੇਲੀ ਬੈਕਗ੍ਰਾਉਂਡ ਚੈੱਕ ਕਰੀਦਾ, ਉਸ ਜਿਹਦੇ ਵੀ ਤੁਹਾਡੀਆਂ ਹੈੱਡਲਾਈਟਾਂ ਆਉਂਦੀਆਂ ਨੇ, ਨੰਬਰ ਪਲੇਟ, ਹਾਈਟ ਮਾਰਕਰ, ਵਿੰਡ ਸਕਰੀਨ, ਇਹਦੇ ਮਿਰਰ ਸਾਈਡ, ਇਹਦੇ ਸਾਈਡ ਮਿਰਰ ਨਹੀਂ ਆਉਣੀ, ਇਹਦੇ ਮਿਰਰ ਕੈਮ ਨੇ। ਅਤੇ ਉਸ ਤੋਂ ਬਾਅਦ ਇਹਦੇ ਟਾਇਰਸ, ਇਹਦੇ ਨਟ ਬੋਲਟ, ਉਸ ਤੋਂ ਬਾਅਦ ਇਹਦਾ ਇਹ ਟੈਂਕ ਦਾ ਫਿਊਲ ਕੈਪ ਜਿਹੜਾ ਇਹਨੂੰ ਆਦਨ, ਸਸਪੈਂਸ਼ਨ ਵਗੈਰਾ, ਟਾਇਰ ਡੈਮੇਜ ਤਾਂ ਨਹੀਂ ਆਉਣ, ਪੂਰੀ ਬਾਡੀ ਦਾ ਵੀ ਆਣੀ ਕਿ ਰੋਡ ਉੱਤੇ ਚੱਲਣ ਦੇ ਕਾਬਲ ਹੈ ਕਿ ਨਹੀਂ। ਹਾਂਜੀ, ਡੇਲੀ ਬੈਕਗ੍ਰਾਉਂਡ ਚੈੱਕ ਕਰ ਲਿਆ, ਅਤੇ ਸਾਡਾ ਟਰੱਕ ਡਰਾਈਵਰਾਂ ਦਾ ਜਿਹੜਾ UK ਅਤੇ ਯੂਰਪ ਵਿੱਚ ਇਹ ਨਹੀਂ ਹੁੰਦਾ ਕਿ ਅਸੀਂ ਸ਼ਿਫਟ ਸ਼ੁਰੂ ਕਰਨੀ ਆ, ਆਉਂਦੇ ਸਾਲ ਸਲਫ ਮਾਰੋ ਅਤੇ ਬੱਸ ਲੈ ਕੇ ਨਿਕਲ ਜਾਓ। ਅਸੀਂ ਆ ਕੇ ਪਹਿਲੇ ਕਾਰਡ ਪਾਉਣਾ, ਕਾਰਡ ਪਾਉਣ ਤੋਂ ਬਾਅਦ ਜਿਹੜਾ ਉਹ 10-15 ਮਿੰਟ ਜਿਹੜਾ ਅਸੀਂ ਉਹਦਾ ਸਾਰਾ ਡੇਲੀ ਬੈਕਗ੍ਰਾਉਂਡ ਨੂੰ ਆਦੇ ਨੂੰ ਚੈੱਕ ਕਰਨਾ ਹੁੰਦਾ ਸਾਰੀਆਂ ਚੀਜ਼ਾਂ, ਕਿਉਂਕਿ ਕਾਰਡ ਪਾਉਣ ਤੋਂ ਬਾਅਦ UK ਅਤੇ ਯੂਰਪ ਵਿੱਚ ਇਹ ਰੂਲ ਹੈ ਕਿ ਕੋਈ ਵੀ ਚੀਜ਼ ਉਹਦੀ ਖਰਾਬ ਹੁੰਦੀ ਸਾਰੀ ਡਰਾਈਵਰ ਦੀ ਜ਼ਿੰਮੇਵਾਰੀ, ਕਿਉਂਕਿ ਕਾਰਡ ਪਾਉਣ ਤੋਂ ਬਾਅਦ ਟੋਟਲੀ ਰਿਸਪੋਂਸੀਬਿਲਟੀ ਜਿਹੜੀ ਆ ਉਹ ਡਰਾਈਵਰ ਉੱਤੇ ਆਉਂਦੀ, ਕਿਉਂਕਿ ਡਰਾਈਵਰ ਦਾ ਕੰਮ ਬਣਦਾ ਕਿ ਜਿਹੜਾ ਕੋਈ ਡਿਫੈਕਟ ਹੈ ਜਾਂ ਕੁਛ ਖਰਾਬ ਹੈ ਉਹ ਤੁਸੀਂ ਜਿਹੜਾ ਉਹ ਰਿਪੋਰਟ ਕਰਨਾ ਆਪਣੇ ਟਰਾਂਸਪੋਰਟ ਮੈਨੇਜਰ ਨੂੰ ਜਾਂ ਜਿਸ ਕੰਪਨੀ ਵਿੱਚ ਤੁਸੀਂ ਕੰਮ ਕਰ ਰਹੇ ਹੋ। ਅਤੇ ਇਸ ਤੋਂ ਬਾਅਦ ਜਿਹੜਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਨਾਲ ਚੈੱਕ ਕਰਨੀਆਂ ਹੁੰਦੀਆਂ ਨੇ, ਕਿਉਂਕਿ ਜੇ ਰਾਹ ਵੀ ਕਿਤੇ ਤੁਹਾਨੂੰ ਰੋਕ ਲੈਣ ਪੁਲਿਸ ਵਾਲੇ, ਇੱਥੇ ਵੋਸਾ ਵਾਲੇ ਆਦੇ ਨੇ, ਉਹਨਾਂ ਦਾ ਡਿਪਾਰਟਮੈਂਟ ਹੈ, ਅਤੇ ਉਹ ਚੈੱਕ ਕਰਦੇ ਨੇ ਤੁਹਾਡੇ ਟਰੱਕ ਵਗੈਰਾ ਜਾਂ ਵੈਨਾਂ, ਅਤੇ ਉਹ ਜਿਹੜਾ ਉਹ ਤੁਹਾਨੂੰ ਜੁਰਮਾਨਾ ਵੀ ਕਰ ਸਕਦੇ ਨੇ, ਪੁਆਇੰਟ ਵੀ ਲਾ ਸਕਦੇ ਨੇ, ਉਹ ਅਨਲਿਮਿਟਿਡ ਜੁਰਮਾਨਾ ਉਹਨਾਂ ਦਾ ਕਿਸੇ ਨਾਲ ਕਰਨਾ ਚਾਹੁੰਦੇ ਨੇ। ਤੁਹਾਡੇ ਟਾਇਰ, ਸਸਪੈਂਸ਼ਨ, ਤੁਹਾਡੀ ਵਿੰਡ ਸਕਰੀਨ ਕੋਈ ਡੈਮੇਜ ਤਾਂ ਨਹੀਂ, ਕਰੈਕ ਤਾਂ ਨਹੀਂ ਹੈ, ਤੁਹਾਡੇ ਸਾਈਡ ਮਿਰਰ ਠੀਕ ਨੇ, ਤੁਹਾਡਾ ਕੋਈ ਡੈਸ਼ਬੋਰਡ ਵਾਰਨਿੰਗ ਲਾਈਟ ਤਾਂ ਨਹੀਂ ਆ ਰਹੀ, ਸਾਰਾ ਜਿਹੜਾ ਉਹ ਚੈੱਕ ਕਰਦੇ ਨੇ ਖੁਲਵਾ ਕੇ।
ਸੋ ਇਸ ਵਾਸਤੇ 10-15 ਮਿੰਟ ਜਿਹੜਾ ਸਾਰਾ ਟਰੱਕ ਚੈੱਕ ਕਰਨਾ ਹੁੰਦਾ ਅਤੇ ਜੇ ਕੋਈ ਡਿਫੈਕਟ ਹੈ ਅਸੀਂ ਫਿਰ ਉਹਨੂੰ ਰਿਪੋਰਟ ਕਰਨਾ ਹੁੰਦਾ ਜਾਂ ਤੁਹਾਡੇ ਕੋਲ ਪੇਪਰ ਬੁੱਕ ਹੁੰਦੀ ਹੈ ਅਤੇ ਜਾਂ ਤੁਹਾਡੇ ਕੋਲ ਐਪਲੀਕੇਸ਼ਨ ਹੁੰਦਾ ਮੈਂ ਐਪਲੀਕੇਸ਼ਨ ਯੂਜ਼ ਕਰ ਰਿਹਾ ਉਹਦੇ ਵਿੱਚ ਟਿੱਕ ਮਾਰਕ ਕਰਨੀ ਹੁੰਦੀ ਕਿਹੜੀ ਸ਼ਹਿਰ ਠੀਕ ਹੈ ਕਿਹੜੀ ਖਰਾਬ ਹੈ ਅਤੇ ਚਲੋ ਸ਼ੁਰੂ ਕਰਨਾ ਹੈ ਜਨਾਬ ਅੱਜ ਦਾ ਸਫ਼ਰ ਅਸੀਂ ਅੱਜ ਚੜ੍ਹਨੇ ਸ਼ੁਰੂ ਕਰਨ ਲਿਆ ਅਤੇ 8 ਵਜੇ ਜਾ ਕੇ ਟ੍ਰੇਲਰ ਚੁੱਕਣਾ ਤਕਰੀਬਨ 7:25 ਵਜੇ ਜਾ ਕੇ ਹੋ ਗਏ ਅਤੇ ਦੋਸਤੋ ਮੈਂ ਇਸ ਟਾਈਮ M69 ਤੇ ਹਾਂ ਤੇ ਜਾ ਰਿਹਾ ਇੰਗਲੀ ਡੈਪੂ ਵਿੱਚ ਉੱਥੋਂ ਟ੍ਰੇਲਰ ਚੁੱਕਣਾ ਪ੍ਰੀਲੋਡਿਡ ਤੇ ਉਸ ਤੋਂ ਬਾਅਦ ਉਹ ਟ੍ਰੇਲਰ ਜਿਹੜਾ ਉਹ ਲੈ ਕੇ ਜਾਣਾ ਹੈ ਬ੍ਰਿਸਟਲ BRS-1 ਤੇ ਕੁਝ ਕਮੈਂਟਸ ਵੀਰ ਭਰਾ ਕਮੈਂਟਸ ਕਰਦੇ ਹਨ ਥੱਲੇ ਕਿ ਜਾਬ ਕਿਸ ਤਰ੍ਹਾਂ ਸ਼ੁਰੂ ਕਰਨੀ ਹੈ ਐਮਾਜ਼ੋਨ ਨਾਲ ਇਹਦਾ ਹੁਣ ਮੈਂ ਕੀ ਜਵਾਬ ਦਿਆਂ ਤੁਹਾਨੂੰ ਮੈਂ ਇਸ ਵਾਸਤੇ ਹੁਣ ਭਾਈ ਨੂੰ ਜਵਾਬ ਨਹੀਂ ਦਿੱਤਾ ਥੱਲੇ ਜੋਬ ਐਮਾਜ਼ੋਨ ਨਾਲ ਸਰਚ ਕਰਨੀ ਪੈਣੀ ਹੈ ਤੁਹਾਨੂੰ ਆਪਣਾ ਜਿਹੜਾ ਜੋਬ ਸਰਚ ਦਾ ਰੇਡੀਅਸ ਹੈ ਉਹ ਵਧਾਉਣਾ ਪੈਣਾ ਕਿਉਂਕਿ ਜੋਬ ਜਿੱਥੇ ਬੰਦਾ ਰਹਿਣ ਲੱਗਿਆ ਹੁੰਦਾ ਉੱਥੇ ਉਸ ਰੇਡੀਅਸ ਵਿੱਚ ਜੋਬ ਬਹੁਤ ਬੰਦਾ ਲੱਕੀ ਹੈ ਵਿਦਾ ਲੱਗਣਾ ਜੋਬ ਲੱਭਦੀ ਹੈ ਸੋਰੀ ਅਤੇ ਜੋਬ ਜਿਹੜਾ ਉਹ ਔਨਲਾਈਨ ਬਹੁਤ ਘੱਟ ਜੋਬ ਲੱਭਦੀ ਹੈ ਜਾ ਕੇ ਡੈਪੂਆਂ ਵਿੱਚ ਕੰਪਨੀਆਂ ਵਿੱਚ ਜਾ ਕੇ ਪਤਾ ਕਰਨਾ ਪੈਂਦਾ ਜਾਂ ਤੁਹਾਡੇ ਜੇ ਕੋਈ ਲਿੰਕ ਹੈ ਨੇ ਆਪਣੇ ਯਾਰਾਂ ਦੋਸਤਾਂ ਨਾਲ ਅਤੇ ਲਿੰਕ ਦੀ ਵਜ੍ਹਾ ਨਾਲ ਤੁਹਾਨੂੰ ਜਿਹੜਾ ਉਹ ਫਸਟ ਜੋਬ ਲੱਭਦੀ ਹੈ ਕਿਉਂਕਿ ਇਸ ਮੁਲਕ ਵਿੱਚ ਜਿੰਨਾ ਚਿਰ ਤੁਹਾਡਾ ਕੋਲ ਲਿੰਕ ਜਾਂ ਚੰਗਾ ਤਕੜਾ ਰੈਫਰੈਂਸ ਵੀ ਨਾ ਹੈ ਅਤੇ ਜੋਬ ਬਹੁਤ ਮੁਸ਼ਕਲ ਹੈ ਲੱਭਣੀ ਅਤੇ ਮੈਂ ਆਪ ਜਿਸ ਨੂੰ ਕੰਮ ਛੱਡਿਆ ਅਤੇ ਮੈਂ ਤਕਰੀਬਨ 1 ਮਹੀਨਾ ਹੀ ਪੂਰਾ ਘਰ ਬੈਠਾ ਰਿਹਾ ਅਤੇ ਤਾਂ ਜਾ ਕੇ ਕਿਤੇ ਮੈਨੂੰ ਜੋਬ ਲੱਭੀ ਅਤੇ ਮੇਰਾ ਇਹ ਨਹੀਂ ਆ ਕਿ ਮੈਂ ਐਮਾਜ਼ੋਨ ਨਾਲ ਹੀ ਸ਼ੁਰੂ ਕਰਨਾ ਮੇਰਾ ਇਹ ਆ ਕਿ ਮੈਨੂੰ ਕਿਤੇ ਵੀ ਜੋਬ ਲੱਭੀ ਕਿਉਂਕਿ ਮੇਰੇ ਕੋਲ ਐਕਸਪੀਰੀਅੰਸ ਨਹੀਂ ਆ Class-1 ਡਰਾਈਵਰ ਜਿਹੜੇ ਨਵੇਂ ਪਾਸ ਕਰਦੇ ਨੇ ਬਹੁਤ ਹੀ ਮੁਸ਼ਕਲ ਚਾਂਸ ਹੁੰਦੇ ਨੇ ਜੋਬ ਜੇ ਕੰਪਨੀ ਕੋਈ ਆਫਰ ਕਰ ਛੱਡੇ ਅਤੇ ਜੇ ਕੋਈ ਕੰਪਨੀ ਜੋਬ ਆਫਰ ਕਰ ਛੱਡੇ ਅਤੇ ਉਹ ਚੁੱਪ ਕਰਕੇ ਲੈ ਲਓ ਨਾ ਤੁਸੀਂ ਉਹਦੇ 'ਚ ਵੇਖੋ ਵਾ ਕਿਤਨੀ ਦੂਰ ਹੈ ਅਤੇ ਨਾ ਇਹ ਵੇਖੋ ਕਿਤਨੇ ਪੈਸੇ ਦੇ ਰਹੀ ਕਿਉਂਕਿ ਪਹਿਲਾ ਸਾਲ ਜਿਹੜਾ Class-1 ਡਰਾਈਵਰ ਦਾ ਹੁੰਦਾ ਕਿਉਂਕਿ ਉਹ ਨਵਾਂ ਡਰਾਈਵਰ ਹੁੰਦਾ ਅਤੇ ਕੰਪਨੀ ਜਿਹੜੀਆਂ ਨੇ ਉਹ ਐਕਸਪੀਰੀਅੰਸ ਡਰਾਈਵਰ ਹੁੰਦੀਆਂ ਨੇ ਉਹ ਆਪਣਾ ਬੈਨੀਫਿਟ ਤੱਕਦੀਆਂ ਨੇ ਲੇਕਿਨ ਕੁਝ ਕੰਪਨੀਆਂ ਵਿੱਚ ਐਸੀਆਂ ਹੁੰਦੀਆਂ ਨੇ ਜਾਂ ਉਹ ਆਪਣੇ ਜਿਹੜੇ ਇੰਡੀਅਨ ਪਾਕਿਸਤਾਨੀ ਕੰਪਨੀਆਂ ਹੁੰਦੀਆਂ ਨੇ ਉਹ ਰੱਖ ਲੈਂਦੀਆਂ ਨੇ ਬੰਦੇ ਨਵੇਂ ਕਿਉਂਕਿ ਉਹਨਾਂ ਆਪਣਾ ਟਾਈਮ ਟਪਾਉਣਾ ਹੁੰਦਾ ਉਹਨਾਂ ਪੈਸੇ ਥੋੜ੍ਹੇ ਦੇਣੇ ਹੁੰਦੇ ਨੇ ਯਾਨੀ ਸਮਝ ਲਓ ਕਿ ਉਹ ਨਾ ਹੁੰਦੇ ਬਰਾਬਰ ਹੀ ਹੁੰਦੇ ਲੇਕਿਨ ਨਵੇਂ ਡਰਾਈਵਰ ਨੂੰ ਕੀ ਚਾਹੀਦਾ ਐਕਸਪੀਰੀਅੰਸ ਜੇਕਰ ਮੈਂ ਕਰ ਰਿਹਾ ਮੈਂ ਵੀ ਉਹ ਨਾਈਟ ਸ਼ਿਫਟ ਕਰਨਾ ਪਿਆ ਪੈਸੇ ਵੀ ਇਤਨੇ ਨਹੀਂ ਹੈ ਪਰ ਕਰ ਰਿਹਾ ਜਿਤਨੇ ਪੈਸੇ ਮੈਨੂੰ Class-2 ਦੇ ਲੱਭਦੇ ਪਏ ਉਤਨੇ ਮੈਨੂੰ ਇੱਥੇ ਲੱਭ ਰਹੇ ਲੇਕਿਨ ਐਕਸਪੀਰੀਅੰਸ ਵਾਸਤੇ ਮੈਨੂੰ ਕਰਨਾ ਪੈ ਰਿਹਾ ਅਤੇ ਮੈਂ ਜ਼ਿੰਦਗੀ ਵੀ ਜਿਹੜਾ ਨਾਈਟ ਸ਼ਿਫਟ ਨਹੀਂ ਕੀਤੀ ਡਰਾਈਵਿੰਗ ਵਿੱਚ ਅਤੇ ਨਾਈਟ ਡਰਾਈਵ ਜਿਹੜੀ ਉਹ ਬਹੁਤ ਮੁਸ਼ਕਲ ਹੁੰਦੀ ਹੈ ਮੈਂ ਬਸ ਐਕਸਪੀਰੀਅੰਸ ਵਾਸਤੇ ਲੱਗੇ ਹਾਂ ਅਤੇ ਉਹਨਾਂ ਦੀ ਮਿਹਨਤ ਅਲੱਗ ਕਰਨ ਦੇ ਬਾਅਦ ਜੇ ਡੇ ਸ਼ਿਫਟ ਮੈਨੂੰ ਲੱਭ ਜੇ ਤਾਂ ਉਹ ਬਿਹਤਰ ਇਹਨਾਂ ਪੈਸਿਆਂ ਵਿੱਚ ਕਿਉਂਕਿ ਇਸ ਪੈਸੇ ਜਿਹੜੇ ਪੈਸੇ ਮੈਨੂੰ ਲੱਭ ਰਹੇ ਨੇ ਇਹਨਾਂ ਪੈਸਿਆਂ ਵਿੱਚ ਨਾਈਟ ਸ਼ਿਫਟ ਨਹੀਂ ਹੁੰਦੀ ਅਤੇ ਬਹਰਹਾਲ ਤੁਸੀਂ ਜਿਹੜਾ ਨਾ ਜੋਬ ਮੈਂ ਤਾਂ ਕੋਈ ਜਵਾਬ ਨਹੀਂ ਦੇ ਸਕਦਾ ਕਿ ਜੋਬ ਕਿਸ ਤਰ੍ਹਾਂ ਢੂੰਡੀ ਦੀ ਹੈ ਕੰਪਨੀਆਂ ਵੀ ਜਾ ਕੇ ਪਤਾ ਕਰੋ ਔਨਲਾਈਨ ਜੋਬਾਂ ਅਪਲਾਈ ਕਰੋ ਆਪਣੀ CV ਜਿਹੜੀ ਬਣਾਓ ਇਨਡੀਡ 'ਤੇ ਹੋਰ ਮੈਂ ਕੋਈ ਰਿਕਮੈਂਡ ਨਹੀਂ ਕਰਦਾ ਕਿਉਂਕਿ ਮੈਂ ਇਨਡੀਡ ਯੂਜ਼ ਕੀਤੀ ਹਰ ਵਾਰੀ ਮੈਨੂੰ ਉੱਥੋਂ ਹੀ ਜੋਬ ਲੱਭੀ ਅਤੇ ਜਾਂ ਕੰਪਨੀਆਂ ਵੀ ਜਾ ਕੇ ਉਹਦੇ ਨਾਲ ਗੱਲਬਾਤ ਕਰੋ ਕਿਉਂਕਿ ਜਿਹੜਾ ਬੰਦਾ ਗਿਆ ਹੁੰਦਾ ਉਸ ਕੰਪਨੀ ਵਿੱਚ ਉਹਨਾਂ ਨੂੰ ਪਤਾ ਹੁੰਦਾ ਵਾਕਈ ਨੂੰ ਜਿਹੜਾ ਕੰਮ ਚਾਹੀਦਾ ਅਤੇ ਅਸੀਂ ਔਨਲਾਈਨ ਅਪਲਾਈ ਕਰਦੇ ਔਨਲਾਈਨ 'ਤੇ ਲੱਖਾਂ ਦੁਨੀਆ ਅਪਲਾਈ ਕਰਦੀ ਹੈ
ਉਹ ਈਮੇਲ ਕਿੱਥੇ ਜਾਂਦੀ ਹੈ, ਕਿਹਦੇ ਕੋਲ ਜਾਂਦੀ ਹੈ, ਕੋਈ ਬੰਦਾ ਰਿਪਲਾਈ ਕਰੇਗਾ, ਕੋਈ ਚੰਗੀ ਕੋਈ ਮਜ਼ਬੂਰ ਕੰਪਨੀ ਹੈ ਜਿਹੜੀ ਤੁਹਾਨੂੰ ਰਿਪਲਾਈ ਕਰਦੀ, ਹਾਂ ਜੀ ਸਾਨੂੰ ਡਰਾਈਵਰ ਚਾਹੀਦਾ, ਉਹ ਵੀ ਫਿਰ ਨਵਾਂ ਐਕਸਪੀਰੀਅੰਸ ਡਰਾਈਵਰ ਤਿਆਰ ਕੰਪਨੀ ਲਗਾਉਣ ਦੀ, ਅਤੇ ਜਿਹੜੇ ਨਵੇਂ ਡਰਾਈਵਰ ਹੁੰਦੇ ਨੇ ਉਹ ਬਹੁਤ ਘੱਟ ਚਾਂਸ ਹੁੰਦੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਮਾਰ ਖਾਣੀ ਪੈਣੀ। ਅਤੇ ਮੈਂ ਇਹੀ ਆਖਾਂਗਾ ਕਿ ਤੁਸੀਂ ਆਪਣਾ ਸਰਚ ਦਾ ਜਿਹੜਾ ਨਾ ਜੋਬ ਸਰਚ ਦਾ ਉਹ ਰੇਡੀਅਸ ਉਹ ਵਧਾਓ, ਕਿਉਂਕਿ ਟਰੱਕ ਦੀ ਜਾਬ ਜਿਹੜੀ ਉਹ ਤੁਹਾਨੂੰ ਘੰਟਾ ਡਰਾਈਵ ਕਰਕੇ ਵੀ ਜਾਣਾ ਪਵੇ ਤਾਂ ਉਹ ਡਜ਼ਨ ਮੈਟਰ, ਤੁਹਾਨੂੰ ਜਾਣਾ ਹੀ ਪੈਣਾ ਸਟਾਰਟਿੰਗ ਵਿੱਚ, ਕਿਉਂਕਿ ਕੰਪਨੀ ਜਿਹੜੀਆਂ ਨੇ ਉਹ ਦੂਰ ਦੂਰ ਨੇ। ਮੈਂ ਖੁਦ ਕੰਟਰੀ ਜਿਹੜਾ ਜਾ ਕੇ ਸ਼ੁਰੂ ਕਰਨਾ ਆਪਣਾ ਕੰਮ, ਅਤੇ ਤੁਸੀਂ ਆਪਣਾ ਰੇਡੀਅਸ ਵਧਾਓ, ਇਹ ਨਾ ਵੇਖੋ ਕਿ ਪੈਸੇ ਕਿਤਨੇ ਉਹ ਦੇ ਰਹੇ, ਜਿਹੜਾ ਤੁਹਾਨੂੰ ਆਪਣਾ ਐਕਸਪੀਰੀਅੰਸ ਗੇਨ ਕਰਨ ਵਾਸਤੇ ਜਿਹੜਾ ਉਹ ਮਾਰ ਖਾਣੀ ਪੈਣੀ ਤੁਹਾਨੂੰ 6 ਮਹੀਨੇ ਸਾਲ। ਇੱਕ ਵਾਰੀ ਐਕਸਪੀਰੀਅੰਸ ਤੁਹਾਡਾ ਹੋ ਗਿਆ ਫਿਰ ਤੁਸੀਂ ਆਪਣੀ ਮਰਜ਼ੀ ਦਾ ਕੰਮ ਢੂੰਡ ਸਕਦੇ ਹੋ, ਏਜੰਸੀਆਂ ਨਾਲ ਕੰਮ ਕਰ ਲਓ। ਹਾਂ, ਨਵੇਂ ਡਰਾਈਵਰ ਏਜੰਸੀ ਨਾਲ ਵੀ ਕਰ ਸਕਦੇ ਨੇ ਜੇ ਤੁਹਾਡਾ ਤੁਹਾਨੂੰ ਆਪਣੇ ਆਪ 'ਤੇ ਕੌਨਫੀਡੈਂਸ ਹੈ, ਅਤੇ ਤੁਸੀਂ ਏਜੰਸੀ ਨਾਲ ਵੀ ਕੰਮ ਕਰ ਸਕਦੇ, ਏਜੰਸੀਆਂ ਤਾਂ ਬੁਲਾਉਂਦੀਆਂ ਡਰਾਈਵਰ ਨਵੇਂ ਰੱਖਦੀਆਂ ਨੇ, ਲੇਕਿਨ ਜੇ ਆਪਣੇ ਆਪ 'ਤੇ ਕੌਨਫੀਡੈਂਸ ਹੈ, ਹਾਂ ਜੀ ਮੈਂ ਚਲਾ ਸਕਦਾ ਇਕੱਲਿਆਂ, ਮੈਨੂੰ ਕੋਈ ਲੋੜ ਨਹੀਂ, ਕਿਉਂਕਿ ਮੇਰੇ ਕੋਲ ਇੰਨਾ ਕੌਨਫੀਡੈਂਸ ਆ ਨਹੀਂ ਕਿ ਮੈਂ ਕਿਸੇ ਕੰਪਨੀ ਜਾ ਕੇ ਆ ਕੇ ਹਾਂ ਜੀ ਮੈਂ ਚਲਾ ਸਕਦਾ। ਮੈਂ ਤਾਂ ਇੱਥੇ ਇਸ ਕੰਪਨੀ ਵਿੱਚ, ਜਿਸ ਕੰਪਨੀ ਮੈਂ ਹੁਣ ਕੰਮ ਕਰ ਰਿਹਾ, ਇਹਨਾਂ ਨੇ ਵੀ ਮੇਰਾ ਪੂਰਾ ਅਸੈਸਮੈਂਟ ਲਈ ਹੈ, ਮੇਰੇ ਕੋਲ ਟਰਾਲਾ ਚਲਵਾ ਕੇ ਉਹ ਆਇਆ। ਉਹਨੂੰ ਪਾਰਕਿੰਗ ਦਾ ਇਸ਼ੂ ਆ, ਲੇਕਿਨ ਪਾਰਕਿੰਗ ਉਹ ਇੰਨਾ ਮਿਹਨਤ ਮੈਂ ਥੋੜ੍ਹਾ ਜਿਹਾ ਕੀਤੀ ਹੈ, 1-2 ਦਿਨ ਮੇਰੀ ਪਾਰਕਿੰਗ ਇਹਨਾਂ ਸਿੱਧੇ ਕਰਵਾਈ ਹੈ। ਸੋ ਇਸ ਵਾਸਤੇ ਐਕਸਪੀਰੀਅੰਸ ਲੈਣ ਵਾਸਤੇ ਤੁਹਾਨੂੰ ਪੈਸੇ ਥੋੜ੍ਹਿਆਂ ਦੇ ਕੰਮ ਕਰਨਾ ਪਵੇ, ਤੁਹਾਨੂੰ ਕਰਨਾ ਚਾਹੀਦਾ ਜਸਟ ਫੋਰ ਐਕਸਪੀਰੀਅੰਸ, ਉਹ ਵੀ 1-2-3 ਜਾਂ 6 ਜਿੰਨਾ ਪੜ੍ਹਦੇ ਆਪਣਾ, ਜਿੰਨਾ ਤੁਹਾਨੂੰ ਟਾਈਮ ਲੱਗੇਗਾ ਆਪਣੇ ਉੱਤੇ ਕੌਨਫੀਡੈਂਸ ਆਪਣਾ ਬਿਲਡ ਕਰਦੇ। ਅਤੇ ਇਹੀ ਮੈਂ ਕਹਿ ਸਕਦਾ, ਇਸ ਤੋਂ ਇਲਾਵਾ ਤਾਂ ਮੈਂ ਕਹਿ ਨਹੀਂ ਸਕਦਾ ਕਿਸ ਤਰ੍ਹਾਂ ਜੋਬ ਢੂੰਡਣੀ ਚਾਹੀਦੀ ਹੈ। ਸੁਬਹ ਆਪਣਾ ਬੈਗ ਚੁੱਕੋ ਅਤੇ ਆਪਣੀ CV ਆਪਣੇ ਹੱਥ ਰੱਖੋ ਅਤੇ ਜਾ ਕੇ ਦੱਸੋ ਭਾਈ ਮੈਨੂੰ ਜੋਬ ਚਾਹੀਦੀ ਹੈ। ਜੇ ਤੁਹਾਡੇ ਕੋਲ ਕਲਾਸ 2 ਦਾ ਐਕਸਪੀਰੀਅੰਸ ਹੈ ਫਿਰ ਤੁਹਾਨੂੰ ਥੋੜ੍ਹਾ ਬਹੁਤ ਆਪਣੇ ਆਪ 'ਤੇ ਕੌਨਫੀਡੈਂਸ ਹੋਵੇਗਾ। ਅਤੇ ਜੇ ਤੁਹਾਡੇ ਤੋਂ ਤੁਸੀਂ ਕਲਾਸ 2 ਚਲਾਇਆ ਨਹੀਂ, ਤੁਸੀਂ ਡਾਇਰੈਕਟ ਕਾਰ ਤੋਂ ਕਲਾਸ 1 'ਤੇ ਮੂਵ ਹੋਏ ਹੋ, ਤਾਂ ਫਿਰ ਤੁਹਾਨੂੰ ਥੋੜ੍ਹਾ ਜਿਹਾ ਇਸ਼ੂ ਬਣੇਗਾ, ਕਿਉਂਕਿ ਤੁਹਾਡਾ ਟਰੈਕਿੰਗ ਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ। ਅਤੇ ਕੰਪਨੀਆਂ ਪੈਸੇ ਘੱਟ ਤਾਂ ਹੀ ਦਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਜੇ ਨਵਾਂ ਡਰਾਈਵਰ ਅਸੀਂ ਰੱਖਾਂਗੇ ਅਤੇ ਇਹਨੂੰ ਟ੍ਰੇਨਿੰਗ ਦਿਆਂਗੇ, ਇਹਦੇ ਆ ਸਿੱਧੇ ਕਰਾਵਾਂਗੇ, ਹੋ ਸਕਦਾ 1-2 ਮਹੀਨੇ ਬਾਅਦ ਨਾ ਸਿੱਝੇ, ਜੋ ਕਿ ਅਕਸਰ ਹੁੰਦਾ। ਹਰ ਬੰਦਾ ਜ਼ਾਹਿਰ ਵੱਲ ਪੈਸੇ ਤਲਾਸ਼ ਵਿੱਚ ਕੰਮ ਕਰਦਾ, ਆਟੇ ਵਾਸਤੇ ਤੂੰ ਕੰਮ ਕਰਦਾ ਵੀ ਨਹੀਂ, ਤਾਂ ਇਸ ਵਾਸਤੇ ਜਿਹੜਾ ਉਹ ਬਹੁਤ ਘੱਟ ਬੰਦੇ ਰੱਖਦੇ ਨੇ ਨਵੇਂ ਡਰਾਈਵਰ। ਜੇ ਨਵੇਂ ਡਰਾਈਵਰ ਰੱਖਦੇ ਨੇ ਉਹ ਫਿਰ ਪੈਸੇ ਥੋੜ੍ਹੇ ਦਿੰਦੇ ਨੇ, ਕਿਉਂਕਿ ਉਹਨਾਂ ਮਿਹਨਤ ਕਰਨੀ ਹੁੰਦੀ ਉਸ ਬੰਦੇ 'ਤੇ, ਉਹਨੂੰ ਟ੍ਰੇਨਿੰਗ ਦੇਣੀ ਹੁੰਦੀ ਸਾਰੀ, ਅਤੇ ਉਹਦੇ ਹੱਥ ਸਿੱਧੇ ਹੋ ਰਹਿੰਦੇ ਨੇ, ਅਤੇ ਉਹ ਫਿਰ ਆਖਦਾ ਭਾਈ ਜੀ ਮੈਂ ਹੁਣ ਮੇਰੇ ਪੈਸੇ ਵਧਾਉਣ ਕਿ ਮੈਂ ਚੱਲਾਂ, ਅਤੇ ਉਹ ਫਿਰ ਛੱਡ ਕੇ ਟੁਰ ਜਾਂਦਾ, ਭਾਵੇਂ ਉਹਨਾਂ ਦੀ ਮਰਜ਼ੀ ਨਾਲ ਜਾਏ, ਭਾਵੇਂ ਉਹ ਉਹਨਾਂ ਦੀ ਆਪਣੀ ਮਰਜ਼ੀ ਕਰਕੇ ਅਤੇ ਕੰਮ ਛੱਡ ਪਏ। ਸੋ ਇਸ ਵਾਸਤੇ ਉਹ ਪੈਸੇ ਇਸ ਵਾਸਤੇ ਕੱਟ ਦਿੰਦੇ ਨੇ। ਅਤੇ ਉਸ ਤੋਂ ਬਾਅਦ ਇੰਸ਼ੋਰੈਂਸਾਂ ਦੇ ਵੀ ਇਸ਼ੂ ਹੁੰਦੇ ਨੇ, ਇੰਸ਼ੋਰੈਂਸ ਕੰਪਨੀਆਂ ਵੀ ਪੁਸ਼ ਕਰਦੀਆਂ ਨੇ ਕਿ ਤੁਸੀਂ ਐਕਸਪੀਰੀਅੰਸ ਡਰਾਈਵਰ ਰੱਖੋ ਜਿਹਦੇ ਕੋਲ ਘੱਟ 2 ਸਾਲ ਦਾ ਐਕਸਪੀਰੀਅੰਸ ਹੋਵੇ, ਕਿਉਂਕਿ ਜੋ ਨਵੇਂ ਡਰਾਈਵਰ ਰੱਖਣ ਲੱਗ ਪੈਣ ਜਾਂ ਯੰਗ ਡਰਾਈਵਰ ਖਾਸ ਤੌਰ 'ਤੇ ਅੱਜ ਕੱਲ੍ਹ ਪਾਸ ਕਰ ਰਹੇ ਨੇ ਸਾਡੇ ਯਾਰ, ਅਤੇ ਉਹ ਯੰਗ ਡਰਾਈਵਰ ਦੀ ਇੰਸ਼ੋਰੈਂਸ ਵੀ ਜਿਹੜਾ ਉਹ ਮਹਿੰਗੀ ਹੁੰਦੀ ਹੈ, ਆਮ ਗੱਡੀ ਦੀ ਬੜੀ ਮਹਿੰਗੀ ਹੁੰਦੀ ਹੈ, ਅਤੇ ਫਿਰ ਟਰੱਕ ਹੈ ਲੋਡਿਡ ਹੈ, ਇਹਦੀ ਜ਼ਿਆਦਾ ਸੇਫਟੀ ਹੁੰਦੀ ਹੈ। ਸੋ ਇਸ ਵਾਸਤੇ ਇੰਸ਼ੋਰੈਂਸਾਂ ਕਰਕੇ ਵੀ ਜਿਹੜਾ ਉਹ ਨਵੇਂ ਡਰਾਈਵਰ ਨਹੀਂ ਰੱਖਦੇ, ਕਿਉਂਕਿ ਉਹਨਾਂ ਦੀਆਂ ਇੰਸ਼ੋਰੈਂਸਾਂ ਮਹਿੰਗੀਆਂ ਹੁੰਦੀਆਂ, ਅਤੇ ਨਵੇਂ ਡਰਾਈਵਰ ਦਾ ਕੋਈ ਭਰੋਸਾ ਨਹੀਂ, ਕਿਸੇ ਟਾਈਮ ਮੇਰੇ ਕੋਲ ਵੀ ਲੱਗ ਸਕਦਾ 1-3 ਮਹੀਨਾ ਡੇਢ ਹੀ ਹੋਇਆ ਚਲਾਉਂਦੇ ਆ, ਅਤੇ ਉਹ ਕੁਝ ਵੀ ਹੋ ਸਕਦਾ, ਉਹ ਆਪਣੀ ਸੇਫਟੀ ਵੇਚਦੇ ਨੇ ਕੰਪਨੀ ਵਾਲੇ, ਅਤੇ ਇਹਦੇ 'ਚ ਕੋਈ ਐਡੀ ਖਾਸ ਸੈਂਸ ਨਹੀਂ ਹੈ ਕਿ ਉਹ ਨਵੇਂ ਡਰਾਈਵਰ ਕਿਉਂ ਨਹੀਂ ਰੱਖਦੇ। ਬਾਕੀ ਹਰ ਬੰਦੇ ਦੀ ਕਿਸਮਤ ਹੈ, ਕਿਸੇ ਨੂੰ ਜਲਦੀ ਜਾਬ ਲੱਭ ਜਾਂਦੀ, ਕਿਸੇ ਨੂੰ ਲੇਟ ਲੱਗਦੀ ਹੈ, ਆਪਣੀ ਜਿਹੜੀ ਉਹ ਸਟਰਗਲ ਜਾਰੀ ਰੱਖੋ, ਅਤੇ ਕਿਹਾ ਨਾ ਕਿਹਾ ਜਿੱਥੇ ਵੀ ਜਾਬ ਲੱਭਦੀ ਹੈ ਸਟਾਰਟਿੰਗ ਵਿੱਚ ਬਸ ਆਪਣਾ ਕੰਮ ਸ਼ੁਰੂ ਕਰ ਲਓ। Yeah, PQV. Perfect. So you have the free lab on your yes, phone? Yes, yeah, I told you. Yeah. Perfect, I'll get back in a moment. Okay.
which one, sorry? Parking space number 449, yeah? 449. Yes, thank you. ਲਓ ਜੀ, ਬਾਕੀ ਸਾਰਾ ਤੁਸੀਂ ਤਰੀਕਾ ਘਰ ਵੇਖ ਹੀ ਲਿਆ ਟ੍ਰੇਲਰ ਜੋੜਨ ਦਾ। ਅਤੇ ਸਭ ਤੋਂ ਇੰਪੋਰਟੈਂਟ ਸ਼ਾਇ ਨੰਬਰ ਪਲੇਟ, ਇਹ ਲਾਜ਼ਮੀ ਲੈਣੀ। 200 ਪਾਉਂਡ ਜੁਰਮਾਨਾ ਇਹਦਾ, ਕੁਡ ਬੀ ਮੋਰ, ਲੇਕਿਨ ਮੈਂ 200 ਸੁਣਿਆ। ਲਓ ਜੀ, ਨੰਬਰ ਪਲੇਟ ਲੱਗ ਗਈ। ਬਾਕੀ ਇਹਦੀਆਂ ਲਾਈਟਾਂ ਲੁਟਾਂ ਚੈੱਕ ਕਰਨੀਆਂ, ਸਾਈਡ ਹਾਈਟ ਮਾਰਕਰ ਅਤੇ ਲਾਈਟਸ ਸਾਰੀਆਂ ਚੱਲ ਰਹੀਆਂ, ਸਾਈਡ ਮਾਰਕਰ ਵੀ ਚੱਲ ਰਹੇ ਨੇ, ਕੋਈ ਡੈਮੇਜ ਹੋਵੇ ਅਤੇ ਉਹ ਜਿਹੜਾ ਉਹ ਰਿਪੋਰਟ ਕਰਨਾ ਉਹਨਾਂ ਨੇ, ਫੋਟੋ ਖਿੱਚ ਕੇ ਉਹਨੂੰ ਦੱਸ ਦੇਣਾ ਪਹਿਲੇ ਤਾਂ ਕਿ ਬਾਈ ਤੁਹਾਡੇ 'ਤੇ ਕੋਈ ਐਲੀਗੇਸ਼ਨ ਨਾ ਲੱਗੇ ਕਿ ਤੁਸੀਂ ਕੀਤਾ। ਸਾਰੀਆਂ ਚੀਜ਼ਾਂ ਪਰਫੈਕਟਲੀ ਫਾਈਨ, ਸੀਲ ਲੱਗੀ ਆ, ਲੈਟਸ ਗੋ। ਲਓ ਜੀ, ਸਰਕਾਰ ਟ੍ਰੇਲਰ ਪਿੱਕ ਕਰ ਲਿਆ ਅਤੇ ਟਾਈਮ ਹੋ ਗਿਆ ਤਕਰੀਬਨ 8:04, ਅਤੇ ਉੱਥੇ ਸਾਨੂੰ ਇਹ ਪਹੁੰਚਾ ਰਿਹਾ ਤਕਰੀਬਨ ਨੈਵੀਗੇਸ਼ਨ 10:30, 106 ਮਾਈਲ ਹੈ। ਅਤੇ ਲੇਕਿਨ ਟਾਈਮ ਉੱਥੇ ਪਹੁੰਚਣ ਦਾ ਜਿਹੜਾ ਉਹ 11:15 ਦੀ ਪਹਿਲੇ ਪਹੁੰਚ ਜਾਣਾ 10:15, ਅਤੇ ਲੇਕਿਨ ਸਾਡਾ ਨੈਵੀਗੇਸ਼ਨ ਜਿਹੜਾ ਉਹ 10:30 ਪਹੁੰਚਾ ਰਿਹਾ। ਲੇਕਿਨ ਕੋਈ ਪਤਾ ਨਹੀਂ ਕਿ ਰੋਡ ਬੰਦ ਹੋਵੇ ਜਾਂ ਕੀ ਹੈ, ਕਿਉਂਕਿ ਰਾਤ ਦੇ ਟਾਈਮ ਜਿਹੜਾ ਉਹ ਰੋਡ ਅਕਸਰ ਹੀ ਰੋਡ 'ਤੇ ਬੰਦ ਹੁੰਦੇ ਨੇ। ਪਿਛਲੀ ਵਾਰ ਵੀ ਬ੍ਰਿਸਟਲ ਮੈਂ ਗਿਆ ਅਤੇ ਮੈਨੂੰ M5 ਬੰਦ ਲੱਭਿਆ, ਅੱਗੋਂ ਫਿਰ ਲੋਕਲ ਗਿਆ ਮੈਂ, ਸਾਰਾ ਤਕਰੀਬਨ 35 ਮਾਈਲ, ਅਤੇ ਕੋਈ ਸਮਝ ਨਹੀਂ ਆਈ, ਨਾ ਕੋਈ ਅੱਗੇ ਮੇਰੇ 'ਚ ਆਈ, ਨਾ ਕੋਈ ਪਿੱਛੇ ਮੇਰੇ 'ਚ ਆਈ, ਇਕੱਲਾ ਮੇਰਾ ਟਰੱਕ ਜਾਣ ਲੱਗਿਆ ਅਤੇ ਰੋਡ ਵੀ ਜਿਹੜਾ ਲੋਕਲ ਆ। ਅਤੇ ਬਹਰਹਾਲ ਲੈਟਸ ਗੋ, ਸ਼ਾਲਾ ਜੋੜੇ ਆ ਅਤੇ ਹੁਣ ਜਾ ਰਹੇ ਹਾਂ ਅਸੀਂ ਬ੍ਰਿਸਟਲ। ਬਾਕੀ ਗੱਲਾਂ ਜਿਹੜੀਆਂ ਨੇ ਉੱਥੇ ਬਾਅਦ, ਉੱਥੇ ਜਾ ਕੇ ਟਾਈਮ ਲੱਭਾ ਅਤੇ ਫਿਰ ਕਰਾਂਗੇ। ਸਹੀ ਹੋ, ਲੈਟਸ ਸੀ ਦ ਰੋਡ ਨਾਓ।
ਮੈਂ ਬ੍ਰਿਸਟਲ ਪਹੁੰਚ ਗਿਆ ਅਤੇ 10:30 ਹੋ ਗਏ ਪੂਰੇ 10:30 ਜਿਹੜਾ ਮੈਂ ਬੈਰੀਗੇਟ ਦੇ ਕੋਲ ਆ ਅਤੇ ਹੁਣ ਟ੍ਰੇਲਰ ਇੱਥੇ ਡਰੋਪ ਕਰਨਾ ਅਤੇ ਨੈਕਸਟ ਟ੍ਰੇਲਰ ਜਿਹੜਾ ਉਹਨੇ ਮੈਨੂੰ ਉੱਥੇ ਦੱਸ ਸਾਡਾ ਕਿਹਾ ਸੀ ਕਿ ਤੂੰ ਤਕਰੀਬਨ 1 ਵਜੇ ਵਾਪਸ ਆਉਣਾ ਅਤੇ ਹੁਣ ਟ੍ਰੇਲਰ ਸਾਰੇ ਇੱਥੇ ਡਰੋਪ ਕਰਕੇ ਅਤੇ 1 ਵਜੇ ਵਾਪਸ ਆਉਣਾ, ਰੈਸਟ ਕਰਨੀ ਪੈਣੀ ਹੁਣ ਕਿਉਂਕਿ ਉਹ ਮੈਂ ਉੱਥੇ ਜਲਦੀ ਟ੍ਰੇਲਰ ਲਾਇਆ 1 ਘੰਟਾ ਅਤੇ ਇਸ ਵਾਸਤੇ ਜਿਹੜਾ ਉਹ ਆਈਏ ਟ੍ਰੇਲਰ ਸੈਕਿੰਡ ਜਿਹੜਾ ਰੈਡੀ ਕੋ ਨਹੀਂ, ਬਾਹਰ ਵੇਟ ਕਰਨਾ ਪੈਣਾ ਤਾਂ ਬਾਹਰ ਜਾ ਤਾਂ ਫਿਰ ਆਵੇ ਇਹ ਸਭ ਤੋਂ ਪਹਿਲੇ ਨੰਬਰ ਪਲੇਟ ਲਾਉਣੀ ਹੈ ਅਤੇ ਲਾਉਣ ਤੋਂ ਬਾਅਦ ਫਿਰ ਪਹਿਲੇ ਬ੍ਰੇਕ, ਲਓ ਜੀ ਬ੍ਰੇਕ ਲਾ ਦਿੱਤੀ, ਲੈਗਸ ਡਾਊਨ, ਫਿਰ ਕੇਬਲਾਂ ਲਾਈਆਂ ਫੁੱਲੀ ਫਰੀ, ਉਸ ਤੋਂ ਬਾਅਦ ਐਂਡ 'ਤੇ ਜਿਹੜਾ ਅਸੀਂ ਲਾਉਣਾ ਇਹਦੀ ਕਿੰਗ ਪਿੰਨ ਰਿਲੀਜ਼ ਕਰਨੀ, ਉਹ ਆਲਰੇਡੀ ਕਰ ਚੁੱਕੇ ਅਤੇ ਹੁਣ ਇਹਨੂੰ ਲਾਉਂਦੇ ਹਾਂ। ਹਾਂ ਜੀ ਦੋਸਤੋ, ਟਾਈਮ ਜਿਹੜਾ ਉਹ 10:53 ਅਤੇ 53 ਮਿੰਟ ਹੋ ਗਏ ਨੇ, 10:53 ਅਤੇ ਅਗਲਾ ਜਿਹੜਾ ਅਗਲੀ ਪਿਕਅਪ ਜਿਹੜੀ ਆ ਟ੍ਰੇਲਰ ਜਿਹੜਾ ਉਹਦੇ ਨੇ ਰੈਡੀ ਨਹੀਂ ਹੋਇਆ ਅਤੇ ਉਹ ਤਕਰੀਬਨ ਆਹਦੇ ਨੇ ਡਿਪਾਰਚਰ ਟਾਈਮ ਉਹਦਾ 1:30 ਹੈ, ਲੇਕਿਨ ਤੂੰ 11 ਵਜੇ ਅਤੇ 11:15 'ਤੇ ਪਤਾ ਕਰ ਲਈ ਅਤੇ ਫਿਲਹਾਲ ਤੂੰ ਜਿਹੜਾ ਉਹ ਬਾਹਰ ਟੁਰ ਜਾ ਅਤੇ ਫਿਰ ਆਵੀਂ। ਬਾਹਰ ਮੈਂ ਐਮਾਜ਼ੋਨ ਦੇ ਐਂਟਰੈਂਸ ਵਿੱਚ ਪਾਰਕਿੰਗ ਹੈ ਅਤੇ ਉੱਥੇ ਲਾਈ ਹੈ ਯੂਨਿਟ ਅਤੇ ਹੁਣ ਕਰਨੇ ਆ ਇੱਥੇ ਰੈਸਟ। ਬਾਕੀ ਜੋ ਕੋਈ ਗੱਲਾਂ ਬਾਤਾਂ ਆਈਆਂ ਤੁਹਾਨੂੰ ਉੱਥੇ ਦੱਸੀ ਜੁੜੀਆਂ ਕਿ ਕਿਸ ਤਰ੍ਹਾਂ ਜਿਹੜੀ ਜੋਬ ਢੂੰਡਣੀ ਹੈ ਅਤੇ ਬਾਕੀ ਇਨਸ਼ਾਅੱਲਾ ਕੁਝ ਕਮੈਂਟਸ ਆਏ ਨੇ ਅਤੇ ਅਰਨਿੰਗ ਦੇ ਬਾਰੇ ਪੁੱਛ ਰਹੇ ਨੇ ਕਿ ਗਰੋਸ ਇਨਕਮ ਵੀਕਲੀ ਕੀ ਬਣਦੀ ਹੈ, ਡੇਲੀ ਕੀ ਬਣਦੀ ਹੈ ਅਤੇ ਮੰਥਲੀ ਕੀ ਬਣਦੀ, ਸਾਲ ਦੀ ਕੀ ਬਣਦੀ, ਅਤੇ ਉਹ ਵੀ ਇਨਸ਼ਾਅੱਲਾ ਤੁਹਾਨੂੰ ਨੈਕਸਟ ਵੀਡੀਓ ਵਿੱਚ ਜਿਹੜਾ ਉਹ ਮੈਂ ਐਕਸਪਲੇਨ ਕਰਾਂਗਾ। ਅਤੇ ਹੁਣ ਅਸੀਂ ਆਪਣੀ ਗੱਦੀ ਕਹਿ ਲਓ, ਸਰਾਣਾ ਕਹਿ ਲਓ, ਇਹ ਨਾਲ ਆਉਂਦੇ ਹੈ ਅਤੇ ਇਹਨੂੰ ਸੱਟਣੇ ਆ ਇੱਥੇ ਅਤੇ ਸਾਉਣ ਦੀ ਕਰਨੇ ਆ ਤਿਆਰੀ। ਘੰਟੇ 2-3 ਅੱਖ ਲਾ ਲਈਏ, ਮੈਂ ਤਾਂ ਕਿਹਾ ਜੇ ਟ੍ਰੇਲਰ ਜਲਦੀ ਦੇ ਛੱਡਦੇ ਮੈਂ ਆਉਣੀ ਅਤੇ ਮੇਰਾ ਕੰਮ ਜਿਹੜਾ ਉਹ ਜਲਦੀ ਮੁੱਕ ਜਾਣਾ, ਲੇਕਿਨ ਇਹਨਾਂ ਆਖਿਆ ਕਿ ਤੈਨੂੰ ਆ ਜਲਦੀ ਕਾਰ ਨਹੀਂ ਟੋਰਨਾ, ਅਤੇ ਇਸ ਵਾਸਤੇ ਮੈਨੂੰ ਪਤਾ ਮੈਂ ਇਸ ਵਾਰੀ ਗੱਦੀ ਨਾਲ ਲੈਂਦੀ ਹੈ ਕਿਉਂਕਿ ਉੱਥੋਂ ਮੈਂ 1.5 ਘੰਟਾ ਟ੍ਰੇਲਰ ਪਹਿਲੇ ਲੈਂਦਾ ਜਲਦੀ ਟਾਈਮ 'ਤੇ। ਅਤੇ ਹੁਣ ਸੋਨੇ ਆ ਅਤੇ ਕਿਉਂਕਿ ਰਾਤ ਦੀ ਲੰਮੀ ਹੈ, ਕੀ ਪਤਾ 5 ਵਜੇ ਖਤਮ ਹੁੰਦਾ ਕੰਮ ਜਾਂ 6 ਵਜੇ, ਕੋਈ ਕਹਿ ਨਹੀਂ ਸਕਦੇ। ਜਿਹੜਾ ਅਗਲਾ ਡੈਪੋ ਹੈ ਇੰਕਲੀ ਵਾਲਾ ਉਹ ਵੀ ਤਕਰੀਬਨ 5:30 ਕਦੇ ਬੰਦ ਕਰ ਸਕਦੇ, ਕਦੇ 6 ਵਜੇ, 2 ਘੰਟੇ ਵਾਸਤੇ। ਅਤੇ ਜੇ ਮੈਂ 5:30 ਦੀ ਬਾਅਦ ਉੱਥੇ ਪਹੁੰਚਿਆ ਅਤੇ ਉਹਨਾਂ ਕਰ ਛੱਡਣਾ ਉਹ ਡੈਪੋ ਬੰਦ, ਅਤੇ ਫਿਰ ਉੱਥੋਂ ਮੇਰੀ ਜਾਨ ਛੱਟਣੀ ਹੈ। ਟ੍ਰੇਲਰ ਡਰੋਪ ਕਰਾਂ ਦਾ ਮੈਂ ਕਿਤੇ 8 ਵਜੇ ਖੁੱਲ੍ਹੇ ਦਾ ਅਤੇ ਘਰ ਜਾਂਦੇ ਜਾਂਦੇ 9 ਵਜੇ ਜਾਣ ਦੇ। ਸੋ ਇਸ ਵਾਸਤੇ ਮੈਂ ਟਰਾਈ ਇਹੀ ਕਰਾਂਗਾ, ਦੁਆ ਹੀ ਕਰ ਸਕਦਾ ਟਰਾਈ ਨਾ ਕਿਹੜਾ ਮੇਰੇ ਕਹਿਣ 'ਤੇ ਬੰਦੇ ਛੱਡਣਾ, ਕਿ ਟ੍ਰੇਲਰ ਜਿਹੜਾ ਮੈਨੂੰ ਟਾਈਮ 'ਤੇ ਲੱਭ ਜਾਈਏ ਥੋੜ੍ਹਾ ਜਿਹਾ ਟਾਈਮ 'ਤੇ ਪਹਿਲੇ, ਤਾਂ ਕਿ ਮੈਂ ਕੰਮ ਜਿਹੜਾ ਉਹ ਜਲਦੀ ਖਤਮ ਕਰ ਲਾਂ, ਨਿੱਕੇ 12 ਘੰਟੇ ਜਿਹੜੇ ਨੇ ਉਹ ਬਣ ਜਾਣੇ। ਅਤੇ ਚਲੋ ਮੈਂ ਜਿਹੜਾ ਚੜ੍ਹ ਸਰ ਆਖ ਲੈਂਦਾ ਅਤੇ ਤੁਸੀਂ ਕਰੋ ਵਲੋਗ ਇੰਜੋਏ। ਲਓ ਜੀ ਟਾਈਮ ਹੋ ਗਿਆ 12:45 ਨਾਲ ਹੋ ਰਹੀ ਹੋ ਅਤੇ ਪੁਲਤਰੂ ਮੈਂ ਦਿੱਤਾ ਕਿ ਇਹ ਜਿਸ ਟਾਈਮ ਵੱਜੇ ਤੈਨੂੰ ਅਤੇ ਫਿਰ ਤੇਰਾ ਲੋਡ ਰੈਡੀ ਹੋਵੇ ਦਾ, ਟ੍ਰੇਲਰ ਰੈਡੀ ਹੋਵੇ ਦਾ ਅਤੇ ਆ ਕੇ ਅਤੇ ਲੈ ਜੀ। ਚਾਬੀ ਨੇ ਮੇਰੇ ਕੋਲ ਲੈ ਲਈ ਕੈਬ ਦੀ, ਸਾਰੀਆਂ ਫੈਸਿਲਿਟੀ ਜਿਹੜੀ ਹੈ ਨਾ, ਆਈ ਮੀਨ ਫੈਸਿਲਿਟੀਜ਼, ਇਹ ਸਾਰੀਆਂ ਡਰਾਈਵਰਾਂ ਵਾਸਤੇ ਸਾਰੀਆਂ ਉਹ ਕਾਫੀ ਮਸ਼ੀਨਾਂ ਲੱਗੀਆਂ ਨੇ, ਸਾਰਾ ਆਪਣਾ ਡਰਿੰਕ ਕਾਰਡ ਕੁੜ ਵੀ ਗਿਆ, ਕਾਫੀ ਫਰੀ ਹੈ ਸਰ, ਬਾਕੀ ਪੈਸੇ ਦੇਣੇ ਪੈਣਾ ਅਤੇ ਹੁਣ ਕਰਨੇ ਆ ਵੇਟ। 1:30 ਦਾ ਡਿਪਾਰਚਰ ਟਾਈਮ, ਲੇਕਿਨ ਕੋਈ ਪਤਾ ਨਹੀਂ ਕਿਸ ਟਾਈਮ ਲੱਗ ਗਿਆ। ਚਲੋ ਮਿਲਦੇ ਹਾਂ ਥੋੜ੍ਹੀ ਦੇਰ ਤੱਕ।
ਉਹ ਜੀ 1:06 ਹੋ ਗਏ ਅਤੇ ਚਾਬੀ ਲੱਭ ਗਈ ਸੇਲ ਦੀ ਅਤੇ ਆਹ ਆਪਣਾ ਟਰੱਕ ਵਾਲੇ ਆ ਜਾ ਕੇ ਅਤੇ ਲਾ ਚੁੱਕੀ ਹੈ। ਲਓ ਜੀ ਟ੍ਰੇਲਰ ਅਸੀਂ ਪਿੱਕ ਕਰ ਲਿਆ, ਨੰਬਰ ਪਲੇਟ ਲਾਉਣ ਲਿਆ ਅਤੇ ਸੀਲ ਰਹਿ ਗਈ ਹੈ। ਲਓ ਜੀ ਸੀਲ ਵੀ ਲੱਗ ਗਈ, ਨੰਬਰ ਪਲੇਟ ਵੀ ਲੱਗ ਗਈ, ਲਾਈਟਾਂ ਸ਼ੇਟਾਂ ਸਾਰੀਆਂ ਬਾਲ ਰਹੀਆਂ। ਲੈਟਸ ਗੋ। ਲਓ ਸਰਕਾਰ ਪੂਰੇ 4 ਵੱਜ ਗਏ ਨੇ ਅਤੇ ਮੈਂ ਜਿਹੜਾ ਟ੍ਰੇਲਰ ਪਾਰਕ ਕਰ ਛੱਡਿਆ ਇੱਥੇ ਨੌਰਥ ਹੈਂਪਟਨ ਅਤੇ ਇਹ ਹੁਣ ਜੋ ਹੀ ਅਨਲੋਡ ਕਰਦੇ ਨੇ ਅਤੇ ਉਸ ਤੋਂ ਬਾਅਦ ਫਿਰ ਉਹਦੇ ਬੰਦ ਹੋਣ ਦੀ ਪਹਿਲੇ ਪਹਿਲਾਂ ਅਤੇ ਉਮੀਦ ਕਰਨਾ ਕਿ ਉਹ ਮੇਰੇ ਜਾਣ ਤਾਂ ਇਹ ਬੰਦ ਨਹੀਂ ਹੋਣ ਲੱਗ ਗਿਆ। ਬੰਦ ਹੋ ਗਿਆ ਫਿਰ 2 ਘੰਟੇ ਮੈਂ ਜਿਹੜਾ ਉਹ ਲੇਟ ਹਾਂ ਅਤੇ ਉਹ ਬਸ ਦੁਆ ਕਰੋ ਕਿ ਜਲਦੀ ਜਲਦੀ ਅਨਲੋਡ ਕਰ ਦਿਓ। ਸਰਕਾਰ ਇੱਥੋਂ ਤਾਂ ਵਿਹਲੇ ਹੋ ਗਿਆ, 5:18 ਹੋ ਗਏ ਅਤੇ ਹੁਣ ਇੰਕਲੀ ਜਾ ਕੇ ਵੇਖਣਾ ਕਿ ਜੇ ਉਹ ਸਾਨੂੰ ਅੰਦਰ ਵੜਨ ਦਿੰਦੇ ਨੇ ਕਿ ਨਹੀਂ, ਕਿਉਂਕਿ ਉਹ 6 ਬੰਦ ਹੋ ਜਾਂਦਾ ਅਤੇ ਬਿਲਕੁਲ ਪੂਰਾ ਟਾਈਮ ਹੈ, 40 ਲੱਗਦੇ ਉੱਥੇ ਜਾਂਦੇ ਹਾਂ ਅਤੇ ਚਲੋ ਉੱਥੇ ਜਾ ਕੇ ਫਿਰ ਵੇਖਣਾ ਕੀ ਬਣਦਾ। ਹਾਂ ਜੀ ਦੋਸਤੋ, ਮੈਂ ਇੰਕਲੀ ਡੈਪੋ ਪਹੁੰਚ ਗਿਆ ਅਤੇ ਪੈਰ ਜੋੜ ਕੇ ਉੱਤੇ ਬੈਠੇ ਹਾਂ, ਅਗਲੇ ਨਹੀਂ ਵੜਨ ਦਿੱਤਾ ਅਤੇ ਮੈਂ ਤਕਰੀਬਨ 6:02 'ਤੇ ਪਹੁੰਚਿਆ ਅਤੇ ਹੁਣ ਜਿਹੜਾ ਉਹ 8 ਦਾ ਇੰਤਜ਼ਾਰ ਕਰਨਾ ਅਤੇ ਹੋਰ ਕੋਈ ਵਾਹ ਨਹੀਂ। ਇਹ ਵੇਖੋ ਅੱਗੇ ਇੱਕ ਟਰੱਕ ਮੇਰੇ ਤੋਂ ਪਹਿਲੇ ਆ ਖਲੋਤੇ ਆ, ਪਿੱਛੇ ਵੀ 2 ਖਲੋਤੇ ਨੇ ਅਤੇ ਹੁਣ ਮੈਂ ਫਿਰ 2 ਘੰਟੇ ਅੱਖ ਲਾਉਣ ਲਿਆ ਕਿਉਂਕਿ ਰਾਤ ਦਾ ਬਹੁਤ ਜੁਗਰਾਤਾ ਅਤੇ ਸ਼ਿਫਟ ਆਈ ਲੰਮੀ ਹੋ ਗਈ ਹੈ, ਤਕਰੀਬਨ 14 ਦੀ ਬਣ ਜਾਣੀ ਸ਼ਿਫਟ ਕਾਰ ਜਾਣ 'ਤੇ, ਆਈ ਮੀਨ ਯਾਰਡ ਵੀ ਜਾਣ 'ਤੇ। ਅਤੇ ਇਹ ਸਾਰਾ ਅੱਜ ਦਾ ਵਲੋਗ ਆ, ਸਟੋਰੀ ਅੱਜ ਦੀ, ਅਤੇ ਉਮੀਦ ਕਰਨਾ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੈ। ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਜੇ ਹੱਥ ਪਵੇ ਤਾਂ ਸ਼ੇਅਰ ਵੀ ਕਰ ਦਿਓ। ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਤਦ ਤੱਕ ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ ਅਤੇ ਮਾਂ ਪਿਓ ਦੇ ਨਾਲ ਰਹੋ। ਅੱਲਾ ਹਾਫਿਜ਼।